ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਤੇ ਦਿੱਕਤ ਸਭ ਨੂੰ ਦਿਖ ਰਹੀ ਪਰ ਇਸ ਸਮੱਸਿਆ ਨੂੰ ਪੈਦਾ ਹੋਣ ਲਈ ਜ਼ਿੰਮੇਵਾਰ ਜਦੋਂ ਸੂਬਾ ਸਰਕਾਰ ਨੂੰ ਸਵਾਲ ਕੀਤਾ ਜਾ ਰਿਹਾ ਉਹ ਅੱਗੋਂ ਦਲੀਲਾ ਦਿੰਦੇ ਆ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਹੈ ਕੇਂਦਰ ਸਰਕਾਰ ਨੇ ਸਾਡੇ ਨਾਲ ਸਹੀ ਸਮੇਂ ਦੇ ਉੱਤੇ ਸਹਿਯੋਗ ਦਿੱਤਾ ਹੁੰਦਾ ਤੇ ਆ ਨੌਬਤ ਨਹੀਂ ਸੀ ਆਉਣੀ ਫੇਲ ਆਪ ਹੋਏ ਤੇ ਜੁਮਾ ਜਿਹੜਾ ਸੈਂਟਰ ਦੀ ਸੈਂਟਰ ਕਿਉਂ ਕਿਹੜੀ ਗੱਲ ਦਾ ਜੁਮਾ ਜੀ ਉਹਨਾਂ ਤੇ ਜਦੋਂ ਕੋਈ ਸਰਕਾਰ ਝੂਠ ਦੇ ਬਣਾ ਤੇ ਬਣੀ ਹੋਏ ਤੇ ਝੂਠ ਹੀ ਬੋਲਣਾ ਹੋਏ ਉਹਨਾਂ ਨੂੰ ਤੇ ਝੂਠ ਬੋਲਣ ਚ ਕੱਟ ਨਹੀਂ ਸਕਦੇ ਕਹਿੰਦੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਸੀ ਪੰਜਾਬ ਦੇ ਕਿਸਾਨਾਂ ਨੇ ਇਸੇ ਕਰਕੇ ਬਦਲਾ ਲਿਆ ਜਾ ਰਿਹਾ ਕਿਸਾਨਾਂ ਦਾ ਭਾਈਚ ਕਿਉਂ ਨਾ ਕੀਤਾ ਬੀਜੇਪੀ ਨੇ ਜੇ ਬਦਲਾ ਲੈਣਾ ਸੀ 23 ਚ ਕਿਉਂ ਨਾ ਕੀਤਾ 22 ਜਾ ਕੇ ਬਦਲੇ ਦੀ ਗੱਲ ਯਾਦ ਆ ਗਈ ਬਦਲਾ ਤਾਂ ਇਹਨਾਂ ਲਿਆ ਇਹ 13 ਸੀਟਾਂ ਕਹਿੰਦੇ ਸੀ ਭਗਵੰਤ ਸਿੰਘ ਮਾਨ ਵੀ ਜੀ ਅਸੀਂ 13 ਸੀਟਾਂ ਜਿੱਤਾਂਗੇ ਪੰਜਾਬ ਦੀਆਂ 13 ਦੀ ਜਗ੍ਹਾ 3 ਜਿੱਤੇ ਬਦਲਾ ਇਹ ਲੈ ਰਹੇ ਨੇ ਕਿ ਬਦਲਾ ਭਾਰਤੀ ਜਨਤਾ ਪਾਰਟੀ ਲੈ ਰਹੀ ਹੈ ਕੋਈ ਕਿਸਾਨ ਖੁਸ਼ੀ ਨਾਲ ਸਟਕਾਂ ਤੇ ਨਹੀਂ ਬੈੰਦਾ ਇਹ ਹਾਲਾਤ ਕਿੰਨੇ ਪੈਦਾ ਕੀਤੇ ਇਸ ਆਮ ਆਦਮੀ ਪਾਰਟੀ ਸਰਕਾਰ ਨਿਰਾ ਝੂਠ ਗੁੰਨੀ ਜਨਾਂ ਨਿਰਾ ਝੂਠ ਬੋਲੀ ਜਨਾਂ ਉਹ ਲੋਕ ਪਸੰਦ ਨਹੀਂ ਕਰਦੇ ਕਿਸਾਨ ਯੂਨੀਅਨਸ ਨੇ ਘੱਟ ਨਹੀਂ ਕਰਨੀ ਆਮ ਆਦਮੀ ਪਾਰਟੀ ਨੂੰ ਦੱਸ ਦੇਣਗੇ ਜਿੱਦਾਂ 92 ਆਏ ਸੀ ਉਹਨਾਂ ਚੋਂ ਸ਼ਹਿਰ ਹੀ ਕੋਈ ਟਾਵਾਂ ਦੋਕ ਰਹਿ ਜਾਂਦੇ ਰਹਿ ਜਾਂਨ ਪੰਜਾਬ ਦੀ ਸਿਆਸਤ ਅੰਦਰ ਜਿੱਥੇ ਜ਼ਿਮਨੀ ਚੋਣਾਂ ਦੇ ਨਾਲ ਮਾਹੌਲ ਭਖਿਆ ਦੂਜੇ ਪਾਸੇ ਕਿਸਾਨੀ ਦਾ ਮਸਲਾ ਬੜਾ ਜ਼ੋਰਾਂ ਦੇ ਉੱਤੇ ਹੈ ਸੂਬਾ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ ਉੱਥੇ ਕੇਂਦਰ ਸਰਕਾਰ ਦਾ ਇਸ ਵਿੱਚ ਰੋਲ ਕੀ ਹੈ ਜੋ ਸੂਬਾ ਸਰਕਾਰ ਦੀਆਂ ਦਲੀਲਾਂ ਨੇ ਉਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਨੇ ਵਿਤਕਰਾ ਕੀਤਾ ਕਈ ਤਰ੍ਹਾਂ ਦਾ ਤਾਂ ਕਰਕੇ ਇਥੋਂ ਤੱਕ ਖੱਜਲਖਵਰੀ ਹੋਈ ਹੈ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਭਾਜਪਾ ਦੇ ਸੀਨੀਅਰ ਆਗੂ ਫਤੇਜੰਗ ਸਿੰਘ ਬਾਜਵਾ ਜੀ ਸਾਡੇ ਨਾਲ ਬੈਠੇ ਨੇ ਆ ਬਾਜਵਾ ਸਾਹਿਬ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਤੇ ਦਿੱਕਤ ਸਭ ਨੂੰ ਦਿਖ ਰਹੀ ਹੈ ਇਹਦਾ ਵਿਖਿਆਨ ਕਰਨ ਦੀ ਮੇਰੇ ਖਿਆਲ ਨਾਲ ਜ਼ਰੂਰਤ ਨਹੀਂ ਹੈ ਪਰ ਇਸ ਸਮੱਸਿਆ ਨੂੰ ਪੈਦਾ ਹੋਣ ਲਈ ਜ਼ਿੰਮੇਵਾਰ ਜਦੋਂ ਸੂਬਾ ਸਰਕਾਰ ਨੂੰ ਸਵਾਲ ਕੀਤਾ ਜਾ ਰਿਹਾ ਉਹ ਅੱਗੋਂ ਦਲੀਲਾ ਦਿੰਦੇ ਆ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਜੇਕਰ ਭਾਜਪਾ ਨੇ ਸਾਝਾ ਕੇਂਦਰ ਸਰਕਾਰ ਨੇ ਸਾਡੇ ਨਾਲ ਸਹੀ ਸਮੇਂ ਦੇ ਉੱਤੇ ਸਹਿਯੋਗ ਦਿੱਤਾ ਹੁੰਦਾ ਤੇ ਆ ਨੌਬਤ ਨਹੀਂ ਸੀ ਆਉਣੀ ਤੁਸੀਂ ਕੀ ਸਮਝਦੇ ਹੋ ਦੇਖੋ ਪਹਿਲੀ ਗੱਲ ਤੇ ਮੈਂ ਤੁਹਾਡਾ ਵਾਹਿ ਚੈਨਲ ਹੈ ਜਿਹੜਾ ਸੱਚ ਨੂੰ ਸੱਚ ਕਹਿੰਦਾ ਤੇ ਸੱਚ ਦੀ ਆਵਾਜ਼ ਉਠਾਉਂਦਾ ਤੁਹਾਨੂੰ ਇਹਦੀ ਵਧਾਈ ਦਿੰਦਾ ਹਾਂ ਨੰਬਰ 2 ਇਹ ਹੈ ਵੀ ਜਦੋਂ ਕੋਈ ਸਰਕਾਰ ਝੂਠ ਦੇ ਬਣਾ ਤੇ ਬਣੀ ਹੋਏ ਤੇ ਝੂਠ ਹੀ ਬੋਲਣਾ ਹੋਏ ਤਾਂ ਉਹਨਾਂ ਨੂੰ ਤੁਸੀਂ ਝੂਠ ਬੋਲਣ ਚ ਕੱਟ ਨਹੀਂ ਸਕਦੇ ਸੈਂਟਰ ਸਰਕਾਰ ਦਾ ਹਮੇਸ਼ਾ ਇੱਕ ਕੰਮ ਹੁੰਦਾ ਹੈ ਵੀ ਪਹਿਲੀ ਗੱਲ ਤਾਂ ਜਿਹੜਾ ਸੂਬੇ ਦੀ ਸਰਕਾਰ ਹੈ ਉਹ 6 ਮਹੀਨੇ ਪਹਿਲੇ ਜੀ ਉਹ ਜਦੋਂ ਕੋਈ ਜਿੰਸ ਲੱਗਦੀ ਹੈ ਜਿੱਦਾਂ ਹੋਣ ਝੋਨਾ ਲੱਗਾ ਤੇ ਉਹਨਾਂ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨਾ ਝੋਨਾ ਲੱਗਾ ਇੰਨੀ ਇਹਦੀ ਪੈਦਾਵਾਰ ਹੋਣੀ ਹੈ ਇਨੇ ਦੇ ਪੈਸੇ ਲੱਗਨੇ ਨੇ ਉਸ ਸੈਂਟਰ ਦੀ ਸਰਕਾਰ ਕੋਲ ਉਹ ਉਸ ਜਿੰਸ ਨੂੰ ਖਰੀਦਣ ਤੇ ਪੈਸੇ ਮੰਗਦੀ ਹੈ ਇੱਕ ਕ੍ਰੈਡਿਟ ਲਿਮਿਟ ਬੰਦੀ ਹੈ ਇਹਨਾਂ ਦੀ ਸੀਸੀ ਲਿਮਿਟ ਬਣ ਕੇ ਸਰਕਾਰ ਨੇ ਇਹਨਾਂ ਨੂੰ 45 44000 ਕਰੋੜ ਰੁਪਇਆ ਦੇ ਦਿੱਤਾ ਜਦੋਂ 44000 ਕਰੋੜ ਰੁਪਇਆ ਸਰਕਾਰ ਨੇ ਦਿੱਤਾ ਫਿਰ ਖਰੀਦ ਤੇ ਸੂਬੇ ਦੀ ਸਰਕਾਰ ਨੇ ਕਰਨੀ ਸੀ ਤੇ ਜੇ ਸੂਬੇ ਦੀ ਸਰਕਾਰ ਸਮੇਂ ਨਾਲ ਨਾ ਤੇ ਬਾਰਦਾਨਾ ਖਰੀਦੇ ਜੀ ਨਾ ਤੇ ਫਸਲ ਦਾ ਉਹਨਾਂ ਨੂੰ ਕੋਈ ਵੇਰਵਾ ਚੰਗੀ ਤਰ੍ਹਾਂ ਪਤਾ ਹੋਏ ਫੇਲ ਆਪ ਹੋਏ ਤੇ ਜੁਮਾ ਜਿਹੜਾ ਸੈਂਟਰ ਦੀ ਸੈਂਟਰ ਕਿਉਂ ਕਿਹੜੀ ਗੱਲ ਦਾ ਜੁਮਾ ਜੀ ਉਹਨਾਂ ਤੇ ਉਹਨਾਂ ਨੇ ਇੱਕ ਦਲੀਲ ਦਿੱਤੀ ਸੀ ਤੁਹਾਡੇ ਵੀ ਧਿਆਨ ਚ ਹੋਣੀ ਹੈ ਕਹਿੰਦੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਸੀ ਪੰਜਾਬ ਦੇ ਕਿਸਾਨਾਂ ਨੇ ਇਸੇ ਕਰਕੇ ਬਦਲਾ ਲਿਆ ਜਾ ਰਿਹਾ ਕਿਸਾਨਾਂ ਦਾ 22 ਦੇ ਵਿੱਚ ਸਰਕਾਰ ਬਣੀ ਹਾਂਜੀ 22 ਚ ਕਿਉਂ ਨਾ ਕੀਤਾ ਬੀਜੇਪੀ ਨੇ ਜੇ ਬਦਲਾ ਲੈਣਾ ਸੀ 23 ਚ ਕਿਉਂ ਨਾ ਕੀਤਾ 24 ਜਾ ਕੇ ਬਦਲੇ ਦੀ ਗੱਲ ਯਾਦ ਆ ਗਈ ਤੁਸੀਂ ਇੱਕ ਗੱਲ ਯਾਦ ਰੱਖੋ ਮੈਂ ਤੁਹਾਨੂੰ ਉਹੀ ਕਹਿੰਨਾ ਵੀ ਝੂਠ ਜਨਤ ਕਿਸ ਦੇ ਅਗਲੇ ਤੇ ਸੁੱਟ ਦੋ ਤੁਸੀਂ ਇਸ ਗੱਲ ਵੀ ਜੀ ਉਹਨਾਂ ਕੀਤਾ ਬਦਲਾ ਤੇ ਇਹਨਾਂ ਲਿਆ ਇਹ 13 ਸੀਟਾਂ ਕਹਿੰਦੇ ਸੀ ਭਗਵੰਤ ਸਿੰਘ ਮਾਨ ਵੀ ਜੀ ਅਸੀਂ 13 ਸੀਟਾਂ ਜਿੱਤਾਂਗੇ ਪੰਜਾਬ ਦੀਆਂ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਇੱਕ ਪੂਰਾ ਝਾਟਾ ਦਿੱਤਾ ਤੇ 13 ਦੀ ਜਗ੍ਹਾ 3 ਜਿੱਤੇ 10 ਸੀਟਾਂ ਹਾਰ ਗਏ ਬਦਲਾ ਇਹ ਲੈ ਰਹੇ ਨੇ ਕਿ ਬਦਲਾ ਭਾਰਤੀ ਜਨਤਾ ਪਾਰਟੀ ਲੈ ਰਹੀ ਹੈ ਬਦਲਾ ਇਹ ਲੈ ਰਹੇ ਨੇ ਇਹ ਲੋਗਾ ਨੂੰ ਵਰਗਲਾ ਕੇ ਇੱਕ ਪਰਸੈਪਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਜ ਆ ਫੈਸਲਾ ਪੰਜਾਬ ਸਰਕਾਰ ਦਾ ਹੈ ਸੈਲਰ ਜਿਹੜੇ ਮਾਲਕ ਨੇ ਉਹਨਾਂ ਨੂੰ ਬਲੈਕਲਿਸਟ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਲਿਫਟਿੰਗ ਦਾ ਕੰਮ ਤੋਂ ਜਿਹੜਾ ਜਵਾਬ ਦੇਗਾ ਸੈਲਰ ਉਹ ਬਲੈਕਲਿਸਟ ਚ ਜਾਏਗਾ ਤੁਹਾਨੂੰ ਯਾਦ ਹੋਏਗਾ ਅੱਜ ਤੋਂ 3 ਦਿਨ ਪਹਿਲੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕੀਤੀ ਸੀ ਅਫਸਰਾਂ ਦੀ ਮੀਟਿੰਗ ਦੇ ਵਿੱਚ ਬੀ ਪੰਜਾਬ ਸਰਕਾਰ ਨੇ ਇੱਕ ਪਲਾਨ ਬੀ ਬਣਾ ਲਿਆ ਹੈ ਅੱਛਾ ਪਲਾਨ ਬੀ ਕੀ ਸੀ ਪਲਾਨ ਬੀ ਏ ਸੀ ਵੀ ਆਪਣੇ ਜਿਹੜੇ ਪੰਜਾਬ ਦੇ ਸ਼ੈਲਰ ਵਾਲੇ ਆ ਜੀ ਉਹਨਾਂ ਨੂੰ ਡਰਾਵਾ ਪਾ ਕੇ ਅਸੀਂ ਇੱਕ ਬੰਨੇ ਬਲੈਕਲਿਸਟ ਕਰੀਏ ਤੇ ਹਰਿਆਣੇ ਦੀਆਂ ਆਲੇ ਦੁਆਲੇ ਦੀ ਕਿਤੇ ਵੀ ਜਿਹੜੇ ਸ਼ੈਲਰ ਨੇ ਉਹਨਾਂ ਕੋਲੋਂ ਅਸੀਂ ਰਾਈਸ ਮਿਲਿੰਗ ਕਰਾ ਲਈਏ ਤੁਸੀਂ ਇਹ ਇਹ ਕਦੀ ਪਲਾਨ ਆਪਣੇ ਸੂਬੇ ਨੂੰ ਮਾਰਨ ਲਈ ਤੁਸੀਂ ਇਹੋ ਜਿਹੇ ਪਲਾਨ ਬਣਾਓ ਤੁਹਾਨੂੰ ਮੁੱਖ ਮੰਤਰੀ ਦੀ ਦਿਮਾਗੀ ਮਨਸ਼ਾ ਦਾ ਪਤਾ ਲੱਗਦਾ ਹੈ ਵੀ ਮੁੱਖ ਮੰਤਰੀ ਤੇ ਉਹਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੋਚ ਕੀ ਰਹੀ ਹੈ ਵੀ ਪੰਜਾਬ ਦੇ ਜਿਹੜਾ ਵਪਾਰ ਕਰਨ ਵਾਲੇ ਆਪਣੇ ਸ਼ੈਲਰ ਵਾਲੇ ਨੇ ਉਹਨਾਂ ਨੂੰ ਮਾਰ ਦੋ ਉਹਨਾਂ ਨੂੰ ਬਲੈਕਲਿਸਟ ਕਰ ਦੋ ਉਹਨਾਂ ਨੂੰ ਗਾਂ ਸ਼ੈਲਿੰਗ ਨਾ ਮਿਲੇ ਤੇ ਅਸੀਂ ਬਾਹਰਲੇ ਸੂਬੇ ਤੋਂ ਸ਼ੈਲਿੰਗ ਕਰਾ ਕੇ ਤੇ ਅਸੀਂ ਕਰੀਏ ਜੇ ਪੰਜਾਬ ਦੇ ਰਾਈਸ ਮਿਲਰ ਨੂੰ ਕੰਮ ਵਾਰਾਂ ਨਹੀਂ ਖਾਂਦਾ ਤੇ ਬਾਹਰਲੇ ਕਿਥੋਂ ਕਰਨਗੇ ਜੀ ਗਲਤੀ ਇੱਕ ਭਾਰੀ ਕੀ ਹੋਈ ਸੂਬੇ ਦੀ ਸਰਕਾਰ ਭਗਵੰਤ ਸਿੰਘ ਮਾਨ ਨੂੰ ਰੱਖੋ ਵੀ ਇਹਨਾਂ ਨੇ ਜਿਹੜਾ ਪੀਆਰ 126 ਲਵਾ ਲਿਆ ਜੀ ਪਹਿਲੀ ਗੱਲ ਤੇ ਇਹ ਵੀ ਸੈਂਟੈਂਸ ਜਿਹੜੇ ਐਗਰੀਕਲਚਰ ਸੈਂਟੈਂਸ ਸੀ ਉਹਨਾਂ ਨਾਲ ਕੀ ਇਹਨਾਂ ਨੇ ਤਾਲਮੇਲ ਕਰਕੇ ਕੋਈ ਉਹਨਾਂ ਕੋ ਚੰਗੀ ਤਰ੍ਹਾਂ ਪੁੱਛ ਕੇ ਵੀ ਇਹਦਾ ਪਲੱਸ ਕੀ ਹੈ ਇਹਦਾ ਮਾਈਨਸ ਕੀ ਹੈ ਇਹਦਾ ਕੋਈ ਨੁਕਸਾਨ ਤੇ ਨਹੀਂ ਹੁੰਦਾ ਐਲਾਨ ਦੇ ਵਿੱਚ ਇਹਦੇ ਵਿੱਚ ਕੋਈ ਦੂਰ رائے ਨਹੀਂ ਕੋਈ ਸ਼ੱਕ ਨਹੀਂ ਵੀ ਜਿਹੜੀ ਪੀਆਰ 126 ਹੈ ਉਹ ਤਿੰਨ ਗੁਣਾ ਘਟ ਪਾਣੀ ਦੀ ਲੋੜ ਪੈਂਦੀ ਆ ਉਹਦਾ ਝਾੜ ਵੀ ਪੂਰਾ ਨਿਕਲਦਾ ਦੂਜੀ ਝੋਨੇ ਜਿੰਨਾ ਪੀਆਰ 108 ਜਿੰਨਾ ਨਿਕਲਦਾ ਪਰ ਜਦੋਂ ਤੁਸੀਂ ਰਾਈ ਸ਼ੈਲਿੰਗ ਕਰਦੇ ਹੋ ਉਹਦਾ ਜਿਹੜਾ ਉਹਦੀ ਰਿਕਵਰੀ ਹੈ ਉਹ 67% ਜਿਹੜਾ ਸਰਕਾਰ ਨੂੰ ਦੇਣਾ ਹੁੰਦਾ ਇਹਨਾਂ ਨੇ ਉਹਦੀ ਜਗ੍ਹਾ ਉਹ 60 68% ਨਿਕਲਦਾ ਹੈ ਯਾਨੀ ਕਿ 7% ਦਾ ਜਿਹੜਾ ਗੈਪ ਆ ਉਹ 348 ਰੁਪਏ ਲਗਭਗ 400 ਰੁਪਏ ਘਾਟਾ ਪੈਂਦਾ ਪ੍ਰਤੀ ਕੁਇੰਟਲ ਵਿੱਚ ਤੇ ਉਹ ਜਿਹੜਾ ਰਾਈਸ ਸੈਲਰ ਮਾਲਕ ਹੈ ਉਹ ਕਹਿੰਦਾ ਵੀ ਜੀ ਇਹ ਘਾਟਾ ਕੌਣ ਪੂਰਾ ਕਰੂ ਘਾਟੇ ਪੂਰਾ ਕਿੱਦਾਂ ਹੁੰਦੇ ਨੇ ਤੁਹਾਨੂੰ ਪਤਾ ਹੈ ਅੱਜ ਤੋਂ 22 ਦੇ ਵਿੱਚ ਸੌਰੀ 18 ਦੇ ਵਿੱਚ 18 19 ਦੇ 22 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਦੋਂ 슈ਗਰ ਕੇਨ ਦਾ ਪ੍ਰਾਈਸ ਇਹਨਾਂ ਨੇ 240 ਰੁਪਏ ਲਾਤਾ ਇਹਨਾਂ ਨੇ ਕਿਹਾ ਜਿਹੜੇ ਕਿਸਾਨ ਨੇ ਵੀ ਸਾਨੂੰ 240 ਰੁਪਏ ਤੋਂ ਘੱਟ ਵਾਰਾ ਨਹੀਂ ਖਾਂਦਾ ਇਹਨਾਂ ਖਰਚਾ ਕੱਢ ਕੇ ਵਿਖਾਤਾ ਜਿਹੜੇ ਮਿੱਲਾਂ ਵਾਲੇ ਸੀ ਉਹਨਾਂ ਨੇ ਕਿਹਾ ਜੀ ਸਾਨੂੰ 190 ਰੁਪਏ ਤੋਂ ਵੱਧ ਜਿਹੜਾ 3 ਦਿਨ ਚ ਵਾਰਾ ਨਹੀਂ ਖਾਂਦਾ ਅਸੀਂ ਨਹੀਂ ਇਹ ਕਰ ਸਕਦੇ ਉਹ ਨਾ ਠਕੜੇ ਕਰਤੇ ਤੇ ਸੂਬੇ ਦੀ ਸਰਕਾਰ ਨੇ 50 ਰੁਪਏ ਬੋਨਸ ਦਿੱਤੇ ਸੀ 50 ਰੁਪਏ ਉਹ ਕਿਉਂ ਵੀ ਕਿਸਾਨ ਨੂੰ ਇੱਕ ਕਸ਼ਮਕੀ ਕਿਸਾਨ ਨੂੰ ਉਹ ਭਾਰ ਨਹੀਂ ਪਾਣਾ ਸਰਕਾਰ ਨੇ ਉਹ ਖਰਚਾ ਬੋਨਸ ਦੇ ਤੌਰ ਤੇ ਚੁੱਕ ਲਿਆ ਤੇ ਕੀ ਗੱਲ ਇਹ ਬੋਨਸ ਨਹੀਂ ਦੇ ਸਕਦੇ ਸਰਕਾਰ ਪੱਲਿਓ ਕਿੱਥੇ ਪਾਏਗੀ ਇਥੇ ਇਥੇ ਅਰਬਨ ਡਵੈਲਪਮੈਂਟ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ 2200 ਕਰੋੜ ਰੁਪਏ ਚ ਕਦੇ 2986 ਕਰੋੜ ਚ ਨਲਾਮ ਹੋ ਰਹੀਆਂ ਨੇ ਖਜ਼ਾਨੇ 'ਚ ਤਾਂ ਕੁਝ ਬੋਲਦਾ ਨਹੀਂ ਕਿਵੇਂ ਪਾ ਲਵਾਂਗੀ ਸਰਕਾਰ ਆਪਣੇ ਸਰਕਾਰ ਜ਼ਰੂਰੀ ਨਹੀਂ ਸਰਕਾਰ ਜਾ ਕੇ ਸੈਂਟਰ ਕੋਲ ਇਹ ਗੱਲ ਲੈ ਕੇ ਜਾਏ ਬੀ ਜੀ ਆ ਅਸੀਂ ਕਰ ਬੈਠੇ ਆ ਆ ਸਾਡੇ ਕੋਲ ਫੈਸਲਾ ਜਰੂਰ ਗਲਤ ਹੋ ਗਿਆ ਪਰ ਸਾਡੀ ਮਦਦ ਕਰੋ ਸਰਕਾਰ ਨੇ ਕਾਦੇ ਲਈ ਬੰਦੀਆਂ ਨੇ ਠੀਕ ਹੈ ਉਹ ਕਿਤੇ ਗਏ ਨਹੀਂ ਕਿਸੇ ਨੂੰ ਕਿਹਾ ਨਹੀਂ ਹੁਣ ਉਹ ਜਦੋਂ ਪੀਆਰ 126 ਵਿਕਲ ਲਈ ਆਂਦੀ ਹੈ ਉਥੇ ਸ਼ੈਲਰ ਵਾਲਿਆਂ ਨਾਲ ਐਗਰੀਮੈਂਟ ਨਹੀਂ ਹੋ ਰੇ ਸੋ ਇਹ ਸਾਰਾ ਜਿਹੜਾ ਘਟਿਆ ਕਰਮ ਹੈ ਨਾ ਉਹ ਸਾਰਾ ਸਰਦਾਰ ਭਗਵੰਤ ਸਿੰਘ ਮਾਨ ਦੀ ਆਪਣੀ ਨਿਲਾਇਕੀ ਔਰ ਸਰਕਾਰ ਦੀ ਤਾਲਮੇਲ ਅਫਸਰਾਂ ਨਾਲ ਤਾਲਮੇਲ ਕੋਈ ਨਹੀਂ ਉਹਦੇ ਕਰਕੇ ਹੋਇਆ ਹੈ ਇਹ ਹੁਣ ਕਿਸੇ ਦੇਖੋ ਹੁਣ ਹਾਲਾਤ ਇਹ ਹੋ ਗਏ ਨੇ ਕੋਈ ਕਿਸਾਨ ਖੁਸ਼ੀ ਨਾਲ ਸੜਕਾਂ ਤੇ ਨਹੀਂ ਬਿੰਦਾ ਠੀਕ ਹੈ ਕਿਸਾਨ ਸੜਕਾਂ ਮਲਦੇ ਨੇ ਤੇ ਜਿਹੜਾ ਆਮ ਲੋਗ ਨੇ ਜਿਹੜਾ ਯਾਤਿਆਤ ਵਾਲੇ ਨੇ ਜਿਨ੍ਹਾਂ ਦੇ ਕਿਸੇ ਨੂੰ ਕੱਲ ਨੂੰ ਕੋਈ ਐਮਰਜੈਂਸੀ ਆ ਗਈ ਬੰਦਾ ਸੜਕ ਤੇ ਮਰ ਐਮਬੂਲੈਂਸ ਚ ਪਿਆ ਉਹਨੂੰ ਉਹ ਲੋਕਾਂ ਨੂੰ ਕਿੰਨਾ ਵੱਡਾ ਸੈਟਬੈਕ ਪਹੁੰਚ ਰਿਹਾ ਆਮ ਲੋਕ ਇਸ ਤੋਂ ਬੜੇ ਅਵਾਜ਼ਾਰ ਹੋਣੇ ਸ਼ੁਰੂ ਹੋ ਗਏ ਨੇ ਵੀ ਯਾਰ ਇਹ ਕੀ ਹੈ ਵੀ ਰੋਜ਼ ਸਾਨੂੰ ਸੜਕਾਂ ਇਹਦਾ ਮਤਲਬ ਕਿੱਧਰ ਦੀ ਜਾਇਆ ਕਰਾਂਗੇ ਇਹ ਹਾਲਾਤ ਕਿੰਨੇ ਪੈਦਾ ਕੀਤੇ ਇਸ ਆਮ ਆਦਮੀ ਪਾਰਟੀ ਸਰਕਾਰ ਮਤਲਬ ਕਿਸਾਨ ਜਿੱਥੇ ਬੰਦੀ ਜਿਹੜੀਆਂ ਸੜਕਾਂ ਤੇ ਆਈਆਂ ਬੈਠੀਆਂ ਨੇ ਤੁਸੀਂ ਉਹਨਾਂ ਦਾ ਨਹੀਂ ਕਸੂਰ ਮੰਨਦੇ ਪੰਜਾਬ ਸਰਕਾਰ ਦਾ ਮੰਨਦੇ ਨੋ ਪੰਜਾਬ ਸਰਕਾਰ ਦਾ ਕਸੂਰ ਹੈ ਕਿਸਾਨਾਂ ਦਾ ਕੋਈ ਕਸੂਰ ਕਿਸਾਨਾਂ ਨੇ ਤੇ ਕਹਿ ਵੀ ਸਾਡੀ ਫਸਲ ਚੁੱਕੋ ਬਈ 126 ਦਾ ਜੇ ਤੁਸੀਂ ਨਹੀਂ ਚੁੱਕ ਸਕਦੇ ਤੁਸੀਂ ਸ਼ੈਲਰ ਵਾਲਿਆਂ ਨੂੰ ਨਹੀਂ ਕਰ ਸਕਦੇ ਸਰਕਾਰ ਨਾਲ ਗੱਲ ਕਰੋ ਤੇ ਸਾਡਾ ਇਹਦਾ ਦੇ ਉਹ ਕਰਨਗੇ ਕੋਈ ਨਾ ਅਜੇ ਤੱਕ ਨਹੀਂ ਕੀਤਾ ਜੀ ਠੀਕ ਹੈ ਡਾਇਲ ਹੀ ਚਲੇਗੇ ਵੀ ਡੀਏਪੀ ਸਾਡੇ ਘਟ ਹੈ ਹਾਂਜੀ ਨਾਲ ਉਥੇ ਐਂਕੜਾ ਦੇ ਹੈ ਵੀ 2/3 ਸਾਡੇ ਕੋ ਹੈ ਸਿਰਫ 1/3 ਘਟ ਹੈ ਹੂੰ ਉਹ ਵੀ ਉਹ ਤੇ ਅਜੇ ਜਾਕੀ ਤੁਹਾਡੇ ਕਣਕ ਦੇ ਉਹ ਉਦੋਂ ਜਾ ਕੇ ਯੂਜ਼ ਹੋਣੀ ਹੈ ਪਹਿਲੇ ਜਿਹੜੀ ਚੀਜ਼ ਜਿੰਸ ਆਈਏ ਉਹਨੂੰ ਤੇ ਚੱਕੋ ਇਹ ਇਹ ਉਹ ਸਰਕਾਰ ਦਾ ਹਾਲ ਹੈ ਵੀ ਜਿਹੜਾ ਜੋ ਅੱਜ ਵਕਤ ਦੀ ਲੋੜ ਹੈ ਉਹਤੇ ਕਰਨਾ ਕੱਖ ਨਹੀਂ ਅਗਾਹ ਦਾ ਉਹਨਾਂ ਨੂੰ ਉਹ ਕੰਮ ਦੇ ਆਏ ਆ ਤੇ ਉਹ ਸਰਕਾਰ ਤੇ ਕਹਿੰਦੀ ਜਦੋਂ ਮਰਜ਼ੀ ਲੈ ਲਓ ਸਾਡੇ ਕੋਲ ਜਦੋਂ ਕਹੋਗੇ ਆਹੀ ਭੇਜ ਦਾਂਗੇ ਸੋ ਇਹ ਇਹਨਾਂ ਨੂੰ ਸਮਝ ਨਾ ਪਾਏਗਾ ਕਿਸਾਨਾਂ ਦਾ ਇਸ਼ੂ ਇਹੋ ਜਿਹਾ ਛੋਟੇ ਵੀਰ ਵੀ ਜਿੰਨੀ ਕਿਉਂਕਿ ਖੇਤੀ ਸੂਬਾ ਹੈ ਪੰਜਾਬ ਔਰ ਜਿਹੜਾ 2020 ਦੇ ਅੰਦੋਲਨ ਤੋਂ ਬਾਅਦ ਜਿੰਨਾ ਇਹ ਤਾਕਤ ਵੀ ਇਸ ਯੂਨੀਅਨਸ ਨੂੰ ਮਿਲੀ ਹੈ ਤੇ ਉਹਦੇ ਨਾਲ ਤੁਸੀਂ ਜਾਣਬੁੱਝ ਕੇ ਖਲਵਾੜ ਕਰਦੇ ਹੋ ਤੇ ਫਿਰ ਇਹਦਾ ਲੋਕਾਂ ਨੇ ਕਿਸਾਨ ਯੂਨੀਅਨਸ ਨੇ ਘੱਟ ਨਹੀਂ ਕਰਨੀ ਆਮ ਆਦਮੀ ਪਾਰਟੀ ਨੂੰ ਦੱਸ ਦੇਣਗੇ ਜਿੰਦਾ 92 ਆਏ ਸੀ ਉਹਨਾਂ ਚੋਂ ਸ਼ਾਇਦ ਹੀ ਕੋਈ ਟਾਵਾ ਦੋਕ ਰਹਿ ਜਾਂਦੇ ਰਹਿ ਜਾਂਦੇ ਇਹ ਮੈਂ ਤੁਹਾਨੂੰ ਅੱਜ ਤੁਹਾਡੇ ਕੈਮਰੇ ਤੇ ਕਹਿ ਰਿਹਾ 2027 ਦੇ ਵਿੱਚ ਤੁਹਾਡੇ ਨਾਲ ਬੈਠ ਕੇ ਫੇਰ ਗੱਲ ਕਰਾਂਗੇ ਲੋਕ ਇਹਨਾਂ ਤੋਂ ਬਹੁਤ ਅਵਾਜ਼ਾਰ ਨੇ ਹਰ ਪਾਲਿਸੀ ਤੋਂ ਅਵਾਜ਼ਾਰ ਨੇ ਨਿਰਾ ਝੂਠ ਗੁੰਨੀ ਜਣਾ ਨਿਰਾ ਝੂਠ ਬੋਲੀ ਜਣਾ ਉਹ ਲੋਕ ਪਸੰਦ ਨਹੀਂ ਕਰਦੇ ਸੋ ਇਹ ਇਹਨਾਂ ਨੂੰ ਪਰਫਾਰਮ ਕਰਨ ਦੀ ਲੋੜ ਹੈ ਨਾ ਕਿ ਕਿਸਾਨਾਂ ਨੂੰ ਤੱਕਾ ਕਰਨ ਦੀ ਲੋੜ। ਇਸ ਮਸਿਆਦਾ ਦੇਖਦੇ ਆਂ ਕਦੋਂ ਸੋਲੂਸ਼ਨ ਨਿਕਲਦਾ ਰ ਅੱਗੇ ਨਤੀਜੇ ਕੀ ਨਿਕਲਦੇ ਆ ਇੱਕ ਜ਼ਿਮਣੀ ਚੋਣਾਂ ਦੇ ਮਾਹੌਲ ਦੇ ਵਿੱਚ ਭਾਜਪਾ ਨੇ ਪੂਰੀ ਤਿਆਰੀ ਕੀਤੀ ਆਪਣੇ ਤਾਂ ਉਮੀਦਵਾਰ ਐਲਾਨ ਦਿੱਤੇ। ਪਰ ਸ਼੍ਰੋਮਣੀ ਅਕਾਲੀ ਦਲ ਇਸ ਰੇਸ 'ਚ ਬਾਹਰ ਹੋਇਆ ਤੇ ਉਹਦੀ ਸਭ ਤੋਂ ਵੱਡੀ ਚਰਚਾ ਹੋ ਰਹੀ ਹੈ ਕਿ ਕਿਤੇ ਅੰਦਰ ਖਾਤੇ ਵੋਟ ਬੈਂਕ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਭਾਜਪਾਲੇ ਪਾਸੇ ਜਾਊਗਾ ਕਿਹੜੇ ਪਾਸੇ ਜਾਊਗਾ ਇਹਦੀ ਬੜੀ ਚਰਚਾ ਹੈ। ਤੁਸੀਂ ਕੀ ਸਮਝਦੇ ਹੋ ਨੀ ਜੀਤੋ? ਦੇਖੋ ਇਹ ਅ ਅਕਾਲੀ ਦਲ ਦਾ ਆਪਣਾ ਨਿੱਜੀ ਫੈਸਲਾ ਹੈਗਾ। ਬਿਲਕੁਲ ਉਹਨਾਂ ਨੇ ਜੋ ਫੈਸਲਾ ਲਿਆ ਉਹਨਾਂ ਨੇ ਉਸ ਤੇ ਖੜੇ ਹੋਏ ਨੇ ਲੋਕਾਂ ਨੇ ਵੋਟ ਤਾਂ ਪਾਣੀ ਹੈ ਜੀ ਇਹ ਡਿਪੈਂਡ ਕਰੇਗਾ ਵੀ ਕੀ ਅਕਾਲੀ ਦਲ ਵਾਲਾ ਵੋਟ ਕਾਂਗਰਸ ਨੂੰ ਪਾਏਗਾ ਕਿ ਅਕਾਲੀ ਦਲ ਵਾਲਾ ਆਮ ਆਦਮੀ ਨੂੰ ਵੋਟ ਪਾਏਗਾ ਕਿ ਅਕਾਲੀ ਦਲ ਵਾਲਾ ਬੀਜੇਪੀ ਨੂੰ ਵੋਟ ਪਾਏਗਾ ਇਹ ਫੈਸਲਾ ਤੇ ਲੋਕਾਂ ਨੇ ਕਰਨਾ ਤੇ ਕਿਆਫੇ ਲਾਨੇ ਹਰ ਇੱਕ ਦਾ ਕਿਉਂਕਿ ਬੰਦੇ ਸੋਚਦੇ ਨੇ ਜਿਹੜਾ ਕਿਸੇ ਦਾ ਕੋਈ ਅਲਾਈਅੰਸ 파ਟਨਰ ਰਿਹਾ ਹੋਵੇ ਤੇ ਕੁਦਰਤੀ ਗੱਲ ਹੈ ਵੀ ਇੱਕ ਇੱਕ ਹੁੰਦਾ ਵੀ ਦੁਜਾਨ ਜਦੋਂ ਸਾਰੀ ਉਮਰ ਤੇ ਕਾਂਗਰਸ ਨਾਲ ਲੜਦੇ ਰਹੇ ਕਾਂਗਰਸ ਨੂੰ ਕਿੱਥੇ ਕੋਈ ਬੰਦਾ ਵੋਟ ਪਾਉ ਆਮ ਆਦਮੀ ਪਾਰਟੀ ਉਹਨਾਂ ਦੇ ਕੈਂਡੀਡੇਟ ਖਿੱਚ ਕੇ ਲੈ ਕੇ ਜਾ ਰਹੀ ਹੈ ਕਿਉਂ ਆਮ ਆਦਮੀ ਪਾਰਟੀ ਵੱਲ ਜਾਣਗੇ ਤੇ ਕੁਦਰਤੀ ਗੱਲ ਹੈ ਹੋ ਸਕਦਾ ਉਹ ਕੋਈ ਆਜ਼ਾਦ ਖੜਾ ਕਰਨ ਹੋ ਸਕਦਾ ਕਿੱਦਾਂ ਕਰਨ ਇਹ ਅਲੱਗ-ਅਲੱਗ ਜਿਹੜੇ ਪਰਸਥਿਤੀਆਂ ਦੇ ਵਿੱਚ ਸਾਰੀ ਗੇਮ ਲੰਗੇਗੀ ਚਾਰੇ ਸੀਟਾਂ ਦੇ ਵਿੱਚ ਭਾਜਪਾ ਨੂੰ ਤੁਸੀਂ ਕਿੱਥੇ ਖੜਾ ਦੇਖਦੇ ਹੋ ਕਿਹੜੀ ਸੀਟ ਦੇ ਉੱਤੇ ਜ਼ਿਆਦਾ ਮਜ਼ਬੂਤ ਦਾਵੇਦਾਰੀ ਲੱਗਦੀ ਚਾਰਾਂ ਤੇ ਅੱਜ ਹਾਲਾਤ ਇਹ ਨੇ ਤੁਸੀਂ ਮੇਰੀ ਅੱਜ ਗੱਲ ਇਹ ਸਮਝ ਲੈਣਾ ਵੀ ਬੀਜੇਪੀ ਅੱਜ ਚਾਰੋਂ ਸੀਟਾਂ ਤੇ ਕਿ ਦੜਵਾ ਟ੍ਰਾਇੰਗੂਲਰ ਫਾਈਟ ਹੈ ਆਪਣਾ ਬਰਨਾਲੇ ਉੱਥੇ ਟ੍ਰਾਇੰਗੂਲਰ ਫਾਈਟ ਹੈ ਦੇਰਾ ਬਾਬਾ ਨਾਨਕ ਟ੍ਰਾਇੰਗੂਲਰ ਫਾਈਟ ਹੈ ਜੱਬੇ ਵਾਲ ਟ੍ਰੈਂਗੂਲਰ ਫਾਈਟ ਹੈ ਇਹਨਾਂ ਦੇ ਵਿੱਚ ਮੈਨੂੰ ਪੂਰੀ ਨਹੀਂ ਕੀਨ ਹੈ ਵੀ ਜਿਹੜਾ ਸਾਰਾ ਇਹ ਪੋਲਿਟੀਕਲ ਸਿਨੈਰੀਓ ਵੇਖੀਦਾ ਹੈ ਉਥੇ ਭਾਰਤੀ ਜਨਤਾ ਪਾਰਟੀ ਚੋਣਾ ਜਿੱਤ ਕੇ ਆਏਗੀ ਔਰ ਇਹ ਇਹ ਟਰਨਿੰਗ ਪੁਆਇੰਟ ਹੋਏਗਾ ਇਨ ਫੇਵਰ ਆਫ ਦ ਬੀਜਪੀ ਆਫ ਪੰਜਾਬ ਤੁਸੀਂ ਦੇਖਿਓ ਪੰਜਾਬ ਦੀ ਲਹਿਰ ਇਹਨਾਂ ਚਾਰ ਸੀਟਾਂ ਤੋਂ ਬਾਅਦ ਬਣਦੀ ਜੇ ਸ਼ੁਕਰੀਆ ਥੈਂਕ ਯੂ ਤਾ ਫਤੇਜ ਸਿੰਘ ਬਾਜਵਾ ਜੀ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਭਾਜਪਾ ਸੋਚਦੀ ਕੀ ਹੈ ਔਰ ਖੜਿਆ ਸਵਾਲ ਚੁੱਕੇ ਜਾ ਰਹੇ ਆ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਉਹਦੇ ਲਈ ਇਹਨਾਂ ਨੇ ਦਾਵਾ ਕੀਤਾ ਹੈ ਕਿ ਸੂਬਾ ਸਰਕਾਰ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ ਪਰ ਉਹ ਝੂਠ ਬੋਲ ਰਹੀ ਹੈ ਸਰਕਾਰ ਜੋ ਭਾਜਪਾ ਦੇ ਉੱਤੇ ਜਾਂ ਸੈਂਟਰ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਪਾਈ ਜਾ ਰਹੀ ਹੈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏ ਬੀਸੀ ਪੰਜਾਬ ਚੰਡੀਗੜ੍ਹ